ਮੰਤ ਭੂਈ ਤੇਰੀ ਕਿੱਥੇ ਗਈ ਆ? ਅੰਮਾ ਬਾਹਰ ਹੀ ਗਏ ਹੋਣੇ ਕਿਤੇ, ਆ ਜਾਂਦੇ ਆ। ਪਾਪਾ ਅੱਜ ਟਾਈਮ ਨਾਲ ਹੀ ਆ ਗਏ। ਹਾਂਜੀ ਬੈਠੇ ਹੀ ਹੋ? ਬੈਠੇ ਆ ਲਓ ਟਿਫਨ ਤੇ ਬੋਤਲ ਖਾਲੀ। ਬੜੀ ਚੁੱਪ ਚੁੱਪ ਬੈਠੀ ਆ, ਕੀ ਗੱਲ ਵਾ? ਸਵੇਰੇ ਵੀ ਜਦੋਂ ਮੈਂ ਗਿਆ ਉਦੋਂ ਵੀ ਚੁੱਪ ਚੁੱਪ ਸੀ, ਹੁਣ ਫੇਰ ਚੁੱਪ ਕੀਤੀ ਆ। ਚੁੱਪ ਹੀ ਬਹਿਣਾ ਵਾ, ਕੱਲ ਕਿਹੜਾ ਮੇਰੀ ਭੈਣ ਨੂੰ ਮਿਲਣ ਆਏ ਸੀ। ਮਿਲਣ ਤੇ ਮੈਂ ਆਉਣਾ ਸੀ, ਭੈਣ ਨੇ ਮੈਨੂੰ ਕੰਮ ਘੱਲਤਾ, ਫੇਰ ਮੈਨੂੰ ਉਧਰ ਜਾਣਾ ਪਿਆ ਵਾ। ਉਹ ਤੇ ਮੈਨੂੰ ਪਹਿਲਾਂ ਹੀ ਪਤਾ ਸੀ, ਗਈ ਸੀਗੀ ਮਾਲ ਚ ਤੇ ਕੋਈ ਤੇ ਕੋਈ ਉਹਨੇ ਕੰਮ ਕਰਨਾ ਸੀ ਪੁੱਠਾ ਸਿੱਧਾ, ਤੁਹਾਨੂੰ ਘੱਲਣਾ ਸੀ ਕਿਸੇ ਪਾਸੇ। ਉਹਨੂੰ ਪਤਾ ਸੀ ਇਹਦੇ ਭੈਣ ਭਰਾ ਆਏ ਆ ਤੇ ਉਹ ਕਿਤੇ ਮਿਲਣ ਆ ਜੇ। ਉਹ ਚਲੋ ਇਹ ਹੁਣ ਤੁਹਾਨੂੰ ਪਤਾ, ਉਹ ਤੁਸੀਂ ਘਰ ਰਹਿੰਦੇ, ਮੈਨੂੰ ਥੋੜੀ ਪਤਾ ਵਾ ਕੌਣ ਮਿਲਣ ਆਇਆ ਕੌਣ ਨਹੀਂ ਮਿਲਣ ਆਇਆ। ਭੈਣ ਤੇਰੀ ਦਾ ਤੇ ਮੈਨੂੰ ਪਤਾ ਵੀ ਇੱਥੇ ਰਹਿਣ ਡਈ ਆ, ਬਾਕੀਆਂ ਦਾ ਥੋੜੀ ਪਤਾ ਸੀ ਵੀ ਭਰਾ ਵੀ ਤੇਰਾ ਲੈਣ ਆਇਆ ਵਾ ਉਹਨੂੰ। ਚੱਲ ਆਇਆ ਅੱਜ ਦੁਪਹਿਰੇ ਆਇਆ, ਕੱਲ ਵੀ ਤੁਸੀਂ ਆਉਣਾ ਸੀ, ਉਹਨੂੰ ਪਤਾ ਸੀ ਇਹਦਾ ਟਾਈਮ ਦੁਪਹਿਰਾਂ ਨੂੰ ਆਉਣ ਦਾ ਹੋਇਆ ਵਾ, ਤਾਂ ਹੀ ਤੇ ਉਹ ਚੱਲ ਗਈ ਸੀ। ਉਹ ਭੈਣ ਨੇ ਮੈਨੂੰ ਦੱਸਿਆ ਨਹੀਂ ਗਾ, ਦੱਸਿਆ ਹੁੰਦਾ ਤੇ ਮੈਂ ਪਹਿਲਾਂ ਘਰ ਨੂੰ ਆ ਜਾਂਦਾ ਤੇ ਤੇਰਾ ਵੀਰ ਆਇਆ ਉਹਨੂੰ ਲੈਣ। ਓ ਹਰੇ, ਭੈਣ ਨੇ ਤੁਹਾਨੂੰ ਦੱਸਿਆ ਹੀ ਨਹੀਂ ਮਾਲ ਚ ਭਰਾ ਆਇਆ ਵਾ? ਦੱਸਿਆ ਹੁੰਦਾ ਤੇ ਮੈਂ ਘਰ ਨਾ ਨਾ ਮਿਲਣ ਉਹਨਾਂ ਨੂੰ। ਹਾਏ ਹਾਏ, ਭੈਣ ਦੇ ਮਨ ਚ ਇੰਨੀਆਂ ਖੋਟਾ, ਇਹ ਵੀ ਨਹੀਂ ਦੱਸ ਸਕਦੀ ਕਿ ਤੇਰਾ ਸਾਲਾ ਆਇਆ ਵਾ, ਜਾ ਘਰ ਚਲ ਜਾ। ਉਹੀ ਮਿਲ ਜਾਂਦਾ ਮੈਨੂੰ ਆਣ ਕੇ, ਉਹਨੇ ਕੀ ਮਿਲਣ ਆਉਣਾ ਸੀ? ਉਹ ਤਾਂ ਇੱਥੇ ਨਿਆਣਿਆਂ ਨਾਲ ਹੀ ਰੁੱਝਾ ਰਿਹਾ, ਮੈਂ ਚਾਹ ਪਾਣੀ ਪਿਆ ਦਿਆ, ਉਸੇ ਵੇਲੇ ਉਹ ਚਲ ਗਏ। ਚੱਲ ਠੀਕ ਆ, ਮੈਂ ਚੱਲਿਆ ਵਾਂ ਦੁਕਾਨ ਤੇ, ਸਾਹ ਠੀਕਦਾ ਹੋਣਾ ਵਾਂ ਤੇ ਆਟੇ ਫੰਟੂ ਫੰਟ ਧੋ ਲਓ। ਆ ਗਿਆ ਮੈਂ। ਮੰਮਾ, ਪਾਪਾ ਬੜੇ ਗੁੱਸੇ ਚ ਗਏ, ਪਾਪਾ ਨੂੰ ਕੀ ਹੋਇਆ ਵਾ? ਉਹ ਤਾਂ ਪਾਪਾ ਨੂੰ ਚੰਡੀ ਦੇਰੀ ਭੂਈ ਚਾਰ ਛੱਡਦੀ ਆ, ਗੁੱਸਾ ਆਣ ਕੇ ਮੇਤੇ ਕੱਢਣਾ ਹੁੰਦਾ ਵਾ। ਮੰਮੀ ਭੂਈ ਨੂੰ ਫਿਰ ਇਦਾਂ ਨਹੀਂ ਨਾ ਕਰਨਾ ਚਾਹੀਦਾ, ਭੂਈ ਨੂੰ ਦੱਸ ਦੇਣਾ ਚਾਹੀਦਾ ਸੀ ਵੀ ਆਏ ਆ ਤੇਰੇ ਭੈਣ ਭਰਾ, ਮਾਮੂ ਆਇਆ ਵਾ। ਮੈਂ ਹੁਣ ਉਹਨਾਂ ਕੀ ਬਾਰ ਬਾਰ ਗੱਲਾਂ ਕਰਾਂ ਇਹੋ ਜਿਹੀਆਂ, ਉਹ ਤੇ ਹੈ ਹੀ ਇੱਦਾਂ ਦੀ ਆ। ਕੋਈ ਨੀ, ਹੁਣ ਤੇਰੇ ਪਾਪਾ ਨੂੰ ਕਹਿੰਦੇ ਆ ਜਿਹੜੇ ਜੋਬਣ ਵਾਲੇ ਪੈਸੇ ਆ ਨਾ ਐਡਮਿਸ਼ਨ ਦੇ, ਉਹ ਤੂੰ ਘਰੇ ਖਰਚੇ ਜਾਣੇ ਆ ਤੇ ਦਬਦਬਾ ਐਡਮਿਸ਼ਨਾਂ ਕਰਾ ਦੇ ਬੱਚਿਆਂ ਦੀਆਂ। ਆਹੋ ਮੰਮੀ, ਐਡਮਿਸ਼ਨਾਂ ਹੋਣੀਆਂ ਤੇ ਪੈਸੇ ਕਿੱਥੋਂ ਆਏ? ਭੈਣ ਜੀ ਕੁਛ ਨਾ ਪੁੱਛੋ, ਪੈਸੇ ਤੇ ਮੈਂ ਉਦਾਂ ਸਰਸਰੀ ਗੱਲ ਕੀਤੀ ਸੀ ਜੋਬਣ ਐਡਮਿਸ਼ਨਾਂ ਦੀ ਤੇ ਫਿਰ ਉਹ ਪੈਸੇ ਦੇ ਗਈ ਆ। ਮੈਂ ਹੌਸਲਾ ਕਰ ਲੈਨੀ ਆ, ਫਿਰ ਮੈਂ ਕਿਹਾ ਤਾਂ ਹੈਗਾ ਸੀ ਵੀ ਤੇਰੇ ਭਾਜੀ ਦਾ ਫੋਨ ਆਊਗਾ ਤੇ ਉਹਦੇ ਨਾਲ ਮੈਂ ਗੱਲ ਕਰਕੇ ਤੇ ਪੈਸੇ ਦੇ ਦੂੰਗੀ। ਇੰਨੀ ਕਾਹਦੀ ਕਾਲੀ ਸੀ, ਕਿਹੜੀਆਂ ਛੁੱਟੀਆਂ ਮੁੱਕ ਗਈਆਂ ਵਾ, ਛੇਤੀ ਨਾਲ ਭੈਣ ਕੋਲੋਂ ਫੜ ਲਏ ਆ। ਚੱਲ ਭੈਣ ਜੀ, ਮੈਂ ਤੇ ਉਦਾਂ ਹੀ ਗੱਲ ਕੀਤੀ ਸੀ, ਮੈਂ ਕਿਹਾ ਪੈਸੇ ਥੋੜੀ ਮੰਗਿਆ ਸੀ ਉਹਦੇ ਕੋਲ, ਉਹ ਤੇ ਆਪ ਹੀ ਕਹਿ ਗਈ ਵੀ ਆ ਲੈ ਲਾ ਤੂੰ ਪੈਸੇ। ਆਹੋ, ਉਹਦਾ ਫਿਰ ਕੁਝ ਜ਼ਿਆਦਾ ਕਮਾਉਂਦੇ ਹੋਣੇ ਨਾ ਜਿਹੜੇ ਕੋਲ ਉਸ ਵੇਲੇ ਲੈ ਕੇ ਆਈ ਸੀ, ਤੁਸੀਂ ਆਪਸੇ ਤੇ ਗੱਲਾਂ ਮਿਲ ਗਈਆਂ ਤੇ ਫਿਰ ਹੀ ਉਹ ਲੈ ਕੇ ਆਈ ਅਗਲੀ ਤੇ ਤੈਨੂੰ ਫੜਾ ਗਈ ਆ। ਚੱਲ ਭੈਣ ਜੀ, ਹੁਣ ਜਦੋਂ ਮੈਨੂੰ ਦੇ ਗਈ ਪੈਸੇ, ਮੈਂ ਫਿਰ ਕੀ ਕਰਦੀ, ਮੈਨੂੰ ਵੀ ਲੋੜ ਸੀ। ਲੋੜ ਤਾਂ ਚੱਲ ਹੈਗੀ ਮੰਨਿਆ ਤੈਨੂੰ, ਪਰ ਜਦੋਂ ਕਿਸੇ ਸਿਆਣੇ ਬੰਦੇ ਨੂੰ ਕਿਹਾ ਹੋਵੇ ਨਾ, ਉਹਦੀ ਵੀ ਡੀਕ ਕਰ ਲਈਦੀ ਹੋਈਦੀ ਆ। ਮੈਂ ਕਿਹੜੀ ਘਰੋਂ ਤੈਨੂੰ ਇੱਥੋਂ ਬਿਨਾਂ ਦੱਸਿਆ ਕਿਤੇ ਚੱਲ ਗਈ ਸੀਗੀ, ਤੇ ਤੇਰੀ ਆਸ ਮੁੱਕ ਗਈ ਸੀ ਕਿ ਭੂਆ ਨੇ ਦੇਣੇ ਨਹੀਂ ਆ, ਭੈਣ ਜੀ ਨੇ ਦੇਣੇ ਨਹੀਂ ਆ। ਚੱਲ ਭੈਣ ਜੀ, ਬੱਚਿਆਂ ਦੇ ਵੀ ਵੇਖਣਾ ਪੈਣਾ ਸੀ ਨਾ, ਉਧਰ ਛੁੱਟੀਆਂ ਥੋੜੀਆਂ ਰਹਿ ਗਈਆਂ ਵਾ, ਕੋਈ ਕਿਤਾਬ ਲਿਆਉਣਗੇ ਕੋਈ ਪੜ੍ਹਨਗੇ, ਘਰ ਵਿਹਲੇ ਕੀ ਕਰਦੇ ਆ? ਉਹੀ ਤੈਨੂੰ ਕਾਲੀਆਂ ਮਾਰੀ ਜਾਂਦੀਆਂ। ਲੈ ਇਹਦੇ ਵਿੱਚ ਵੀ ਗੁੱਸੇ ਵਾਲੀ ਗੱਲ, ਜੇ ਮੇਰੀ ਭੈਣ ਪੈਸੇ ਦੇ ਗਈ ਆ ਤੇ ਇਹਨੇ ਚ ਵੀ ਭੈਣ ਜੀ ਦੇ ਮੂੰਹ ਤੇੜ ਲਿਆ, ਹੁਣ ਦੱਸ ਤੇਰਾ ਕੀ ਇਲਾਜ ਹੋਵੇ? ਹਰ ਇੱਕ ਗੱਲ ਚ ਤੈਨੇ ਹੰਗਾਰਾ ਦੇਣਾ ਹੁੰਦਾ ਵਾ। ਅੰਤ ਹਾਂ ਗੱਲ ਸੁਣ ਮੇਰੀ ਆਣ ਕੇ।
ਹਾਂਜੀ ਭੂਈ ਜੀ। ਨਾ ਮੰਮੀ ਤੇਰੀ ਦਾ ਵੇਖ ਲਾ ਚੱਜ, ਜੇਰੇ ਨਾਂ ਦੀ ਤੇਰੇ ਕੋਲ ਚੀਜ਼ ਹੀ ਹੈਨੀ ਆ। ਮਾਸੀ ਤੇਰੀ ਆਈ ਆ ਤੇ ਅਗਲ ਵਾਂਢੀ ਇਹਦੇ ਕੋਲ ਪੈਸੇ ਫੜ ਲਏ ਆ ਤੇ ਮੈਨੂੰ ਬੁਰੀ ਬਣਾਤਾ। ਮੈਨੂੰ ਨਹੀਂ ਪਤਾ ਇਹ ਗੱਲ ਦਾ। ਉਹ ਤਾਂ ਤੂੰ ਤੇ ਨਿਆਣੀ, ਤੈਨੂੰ ਨਹੀਂ ਪਤਾ, ਪਰ ਤੇਰੀ ਮਾਵਾਂ ਤੇ ਗੱਲਾਂ ਚੰਗੀਆਂ ਨਹੀਂ ਹੈਗੀਆਂ। ਮੇਰੀ ਹਿੱਕ ਤੇ ਦੀਵਾ ਬਾਲਦੀ ਆ, ਮੈਂ ਤੇ ਬਥੇਰਾ ਕਰਕੇ ਜਾਂਦੀ ਭੈਣ ਉਹਦੀ ਨੇ ਕੀ ਇੱਥੇ ਖੋਣ ਖੋ ਗਈ ਆਣ ਕੇ, ਪੈਸੇ ਮੁੱਠ ਚ ਫੜਾ ਗਈ ਆ। ਬੰਦਾ ਲਾਗੋ ਕਿਤੇ ਕੰਮ ਧੰਦਾ ਕਰਾ ਲੈਂਦਾ, ਜਿਵੇਂ ਉਹਦਨ ਡਾਇਆ ਤੇ ਦੋਵੇਂ ਮੇਰੇ ਸਿਰ ਦੇ ਵਾਲਾਂ ਨੂੰ ਪੈਂਦੀਆਂ ਲੜਦੀਆਂ ਸੀ ਗਾੜੀਓ, ਕੰਮ ਕਰਨ ਲੱਗਿਆ ਮੌਤ ਪੈਂਦੀ ਆ। ਕੋਈ ਹੁਣ ਮੈਨੂੰ ਇਹਨਾਂ ਗੱਲਾਂ ਦਾ ਤੇ ਨਹੀਂ ਪਤਾ। ਚਲੋ ਹੁਣ ਕੋਈ ਗੱਲ ਨਹੀਂ, ਹੁਣ ਤੇ ਮਾਸੀ ਚਲ ਗਈ ਆ। ਚੱਲ ਮੇਰੇ ਨਾਲ ਬਾਜ਼ਾਰ ਨੂੰ ਮਾੜਾ ਜਿਹਾ, ਚਲੋ ਮਾਂ ਆਪਣੀ ਨੂੰ ਨਾ ਦੱਸੀ। ਨਹੀਂ ਦੱਸਦੀ। ਥੱਕ ਕੇ ਗਏ ਆ। ਉਹ ਤਾਂ ਤੁਰ ਕੇ ਗਏ, ਰਿਕਸ਼ਾ ਤੇ ਮਿਲਿਆ ਨੀ, ਥੱਕਣਾ ਹੀ ਆ। ਭੈਣ ਜੀ ਤੁਸੀਂ ਕਿੱਧਰ ਆਏ ਜੀ? ਅਸੀਂ ਗਏ ਸੀ ਥੋੜਾ ਬਾਜ਼ਾਰ। ਮਾਨਤ? ਹਾਂਜੀ ਭੂਈ ਜੀ। ਜਾ ਮੈਂ ਸਮਾਨ ਲੈ ਕੇ ਆਈ ਆ, ਪਾਣੀ ਪੀਓ ਜਿਹੜਾ ਤੈਨੂੰ ਪਸੰਦ ਸੀਗਾ ਲੈ ਕੇ ਆ। ਮੇਰਾ ਪੁੱਤ ਪਾਣੀ ਪੀਓਗੇ? ਲੈ ਆ ਘੁੱਟ। ਕੁੜੀ 20 ਵਾਰੀ ਇਹਨੂੰ ਆਖਿਆ ਤੇ ਮੈਨੂੰ ਹੁਣ ਘੜੇ ਦਾ ਹੀ ਦੇ ਦੇ, ਉਹੀ ਪਾਣੀ ਪੀਣ ਗੱਜ ਗਈ, ਫਿਰ ਨਲਕੇ ਵੱਲ ਨੂੰ ਭੱਜ ਗਈ ਜਾ ਕੇ। ਹੈਲੋ ਭੂਈ ਜੀ। ਲੈ ਪੁੱਤ। ਲਓ ਭੈਣ ਜੀ ਪਾਣੀ। ਕਿਹੜਾ ਮਾਂ ਤੇ ਤੁਵੀ ਪੁੱਤ? ਇੱਚੋ ਪੀ ਲੈਣਾ ਮੰਮਾ ਮੈਂ। ਆ ਲੈ ਸੰਦੀਪ ਫੋਨ। ਇਹ ਕੀ ਕਰਨਾ ਭੈਣ ਜੀ? ਨਾ ਗੱਲਬਾਤ ਹੀ ਕਰਨੀ ਆ, ਹੋਰ ਇਹਦਾ ਕੀ ਕਰਨਾ ਵਾ? ਇਹਦੇ ਨਾਲ ਹੂਟੇ ਲੈਣੇ ਆ ਭੈਣ ਜੀ? ਉਹ ਤੇ ਮੈਨੂੰ ਵੀ ਪਤਾ, ਇਹਨਾਂ ਹੂਟੇ ਨਹੀਂ ਲੈਣੇ, ਫੋਨ ਹੀ ਕਰੀਦਾ ਇਹ ਤੋਂ। ਪਰ ਇਹ ਕੀ ਕਰਨ ਨੂੰ ਲਿਆਂਦਾ ਵਾ? ਮੈਨੂੰ ਦੇਣ ਦੀ ਆ ਨਾ ਫੋਨ, ਤੂੰ ਕੀ ਕਰਨਾ ਵਾ? ਨਹੀਂ ਮੈਂ ਖਰੀਦ ਕੇ ਲਿਆਈ ਆ ਤੇ ਤੈਨੂੰ ਕਮੀ ਆ। ਆਪਣੇ ਭੈਣ ਭਰਾਵਾਂ ਦੇ ਨਾਲ, ਆਪਣੇ ਮਾਂ ਪਿਓ ਦੇ ਨਾਲ ਜਿੱਦਾਂ ਮਰਜ਼ੀ ਗੱਲਬਾਤ ਕਰ, ਮਾਂ ਤੈਨੂੰ ਮੈਂ ਇਸੇ ਕੰਮ ਲਈ ਨਾਲ ਖੜਿਆ ਸੀਗਾ। ਕੁੜੀ ਮੇਰੇ ਕੋਲ ਕਿੱਟਾ ਮੰਗਦੀ ਸੀ ਬਾਹਰੋਂ, ਅਜੇ ਤੇਰਾ ਭਾਜੀ ਆਇਆ ਨੀ ਤੇ ਉਹ ਐਡੀ ਛੇਤੀ ਤੇ ਮਿਲਣੀ ਆਨੀ ਆ। ਮੁੜ ਕੇ ਆਉਂਦੀ ਸੀ ਘੜੀ ਭੂਆ ਚਾਹੀਦੀ ਆ ਤੇ ਮੈਂ ਇਹਦੇ ਪਸੰਦ ਦੀਆਂ ਜਾ ਕੇ ਘੜੀਆਂ ਨਾਲ ਲਿਆ ਦਿੱਤੀਆਂ ਵਾ। ਆ ਪਸੰਦ ਕੀਤੀ ਓ ਇਹਨੇ, ਮੇਰੇ ਨਾਲ ਬਹੁਤਾ ਲੜਿਆ ਨਾ ਕਰ, ਐਵੇਂ ਤੱਤੀ ਨਾ ਹੁੰਦੀ ਰਿਹਾ ਕਰ। ਘੜੀ ਤੇ ਭੈਣ ਜੀ ਸੋਹਣੀ ਆ, ਚੱਲ ਤੂੰ ਫੋਨ ਵੀ ਲਿਆ ਕੇ ਦਿੱਤਾ ਵਾ ਕਿ ਆਪਣੇ ਭੈਣ ਭਰਾਵਾਂ ਨਾਲ ਲਾ ਕੇ ਗੱਲ ਕਰੀ, ਦੁੱਖ ਸੁੱਖ ਕਰ ਲਿਆ ਕਰੀ। ਪਰ ਭੈਣ ਜੀ ਕੱਲ ਮੇਰੇ ਭੈਣ ਭਰਾ ਆਏ, ਉਦੋਂ ਤੈਨੂੰ ਦੁੱਖ ਨਾ ਲੱਗਾ ਭਰਾ ਨੂੰ ਡੱਕਤਾ ਮੋਹਰੇ ਹੋ ਕੇ?
ਨਹੀਂ ਮੈਂ ਕੀ ਕਰਨ ਨੂੰ ਡੱਕਣਾ ਸੀਗਾ, ਮੈਨੂੰ ਕੀ ਲੋੜ ਪਈ ਡੱਕਣ ਦੀ। ਭੈਣ ਜੀ ਵੇਖ ਲਾ, ਮੈਂ ਤੇਰੇ ਨਾਲ ਕਦੀ ਨੀ ਉੱਚੀ ਨੀਵੀਂ ਗੱਲ ਕੀਤੀ, ਅੱਜ ਹੀ ਮੈਂ ਕਹਿਣ ਲੱਗੀ ਆ। ਉਹ ਵੀ ਮੇਰੇ ਭੈਣ ਭਰਾ ਘਰ ਆਏ ਸੀਗੇ। ਨਾ ਮੇਰੀ ਸੁਣ ਗੱਲ, ਮੈਂ ਨੀ ਕਿਸੇ ਨੂੰ ਡੱਕਿਆ ਤੇ ਨਾ ਮੇਰੇ ਵਿੱਚ ਏਦਾਂ ਦੀਆਂ ਚਲਾਕੀਆਂ ਹੈਗੀਆਂ ਵਾ ਕਿ ਮੈਂ ਡੱਕਾਂ ਭਰਾ ਨੂੰ ਵੀ ਤੇਰੇ ਭੈਣ ਭਰਾਵਾਂ ਨੂੰ ਮਿਲਣਾ। ਉਹ ਤੇ ਮੈਨੂੰ ਵੀ ਪਤਾ ਵੀ ਸਾਰੀ ਉਮਰ ਉਹਨੇ ਸਹੁਰਿਆਂ ਨੂੰ ਮਿਲਣਾ, ਸਾਲੀਆਂ ਨੂੰ ਮਿਲਣਾ। ਭੈਣ ਜੀ ਭੈਣਾਂ ਨੀ ਪਿੱਛੇ ਪਾਈ ਦੀਆਂ, ਭੈਣਾਂ ਨੂੰ ਮੋਹਰੇ ਮਿਲਣਾ ਵਾ। ਮੇਰੀ ਗੱਲ ਸੁਣ, ਫਿਰ ਦੱਸਿਆ ਕਿ ਉਹਨੇ ਮੌਲ ਤੇ ਜਾ ਕੇ ਵੀਰ ਆਪਣੇ ਨੂੰ ਕਿ ਤੇਰਾ ਸਾਲਾ ਆਇਆ ਵਾ। ਹਾਂ ਮੈਨੂੰ ਕੀ ਲੋੜ ਦੱਸਣ ਦੀ, ਮੈਨੂੰ ਤੇ ਇਹ ਹੋਏਗਾ ਕਿ ਮੈਂ ਗੁਰਦੁਆਰੇ ਗਈ ਆ, ਜਦੋਂ ਤੁਸੀਂ ਚਾਹ ਪਕੌੜੇ ਖਾਦੇ ਤੇ ਵੀਰ ਵੀ ਖਾ ਕੇ ਚਲ ਗਿਆ। ਉਹ ਮੈਨੂੰ ਸੁਪਨਾ ਆਉਣਾ ਸੀਗਾ ਕਿ ਵੀਰ ਨੂੰ ਤੁਸੀਂ ਸੱਦਿਆ ਕਿ ਉਹ ਤਾਂ ਬਿਨਾਂ ਚਾਹ ਪਾਣੀ ਪਿਆਲਤਾ ਨਾ। ਹੁਣ ਮੈਂ ਚੀਜ਼ ਲੈ ਕੇ ਆਈ ਆ ਤੇ ਤੂੰ ਮੇਰੇ ਨਾਲ ਮੂਹਰੇ ਲੜਨ ਡੈ ਪਈ ਆ, ਜਾਂ ਭਰਾ ਨੂੰ ਆਵਾਜ਼ ਮਾਰ ਜਾ ਕੇ ਮੇਰੇ ਆਉਂਦੀ ਦਾ ਹੀ ਅੰਤਰਾ ਫਿਰ ਮੂਡ ਖਰਾਬ ਕਰਤਾ ਵਾ। ਜਿੰਨਾ ਮੈਂ ਕਹਿੰਦੀ ਆ ਵੀ ਮੈਂ ਠੰਡੀ ਹੋਵਾਂ ਕਿਤੇ, ਮੈਨੂੰ ਸਾਰੇ ਕਹਿੰਦੇ ਵੀ ਗਰਮ ਰਹਿੰਦੀ ਗਰਮ ਰਹਿੰਦੀ ਆ, ਤੂੰ ਤੀ ਆਪ ਛੇੜ ਦਿੰਦੀ ਆ। ਚੱਲ ਭੈਣ ਜੀ ਮੈਂ ਤੇ ਹੌਸਲੇ ਨਾਲ ਹੀ ਗੱਲ ਕੀਤੀ, ਤੂੰ ਤੇ ਐਵੇਂ ਗਰਮ ਹੋ ਜਾਂਦੀ ਆ। ਨਾ ਤੂੰ ਗੱਲਾਂ ਹੀ ਗਰਮ ਹੋਣ ਵਾਲੀਆਂ ਕਰਦੀ ਆ, ਜਾ ਵੀਰ ਨੂੰ ਆਵਾਜ਼ ਮਾਰ ਜਾ ਕੇ। ਉਹ ਤੇ ਆ ਗਏ ਸੀ ਘਰ ਭੈਣ ਜੀ, ਹੁਣ ਫੇਰ ਚੱਲ ਗਏ ਆ। ਚੱਲ ਗਏ ਆ ਚਾਹ ਘੁੱਟ ਬਣਾਉਣ ਤੇ। ਭੈਣ ਜੀ ਤੁਸੀਂ ਇੰਨੀ ਖੇਚਲ ਕਾਹਤੋਂ ਕੀਤੀ, ਤੁਸੀਂ ਰਹਿਣ ਦਿੰਦੇ ਜਿੱਥੇ ਅੱਗੇ ਸਾਡਾ ਸਰਦਾ ਤੇ ਹੁਣ ਵੀ ਸਰਦਿਆ ਕਰਦਾ। ਉਹ ਤਾਂ ਮੈਨੂੰ ਪਤਾ ਹੀ ਸਾਰੀ ਜਾਣਾ ਵਾ, ਮੈਨੂੰ ਵੀ ਨਿਆਣੇ ਦੇ ਮੂੰਹ ਵੱਲ ਵੇਖ ਕੇ ਜਿਹੜਾ ਮੈਂ ਉਹਨਾਂ ਮੰਗੀਆਂ ਚੀਜ਼ਾਂ ਤੇ ਮੇਰੇ ਕੋਲ ਰਹਿ ਜਾਂਦਾ ਵਾ। ਚੱਲ ਭੈਣ ਜੀ ਤੇਰੇ ਧੀਆਂ ਭਤੀਏ ਮੈਂ ਕੀ ਕਹਿਣਾ ਵਾ, ਮੈਨੂੰ ਕੋਈ ਲੋੜ ਆ ਤੁਹਾਡੀਆਂ ਗੱਲਾਂ 'ਚ ਆਉਣ ਦੀ। ਫੋਨ ਵੀ ਸੋਹਣਾ ਤੇ ਘੜੀ ਵੀ ਸੋਹਣੀ ਲਿਆਂਦੀ ਆ। ਚੱਲ ਸ਼ੁਕਰ ਆ ਤੇਰੇ ਮੂੰਹ ਕਿਤੇ ਸੋਹਣਾ ਨਿਕਲਿਆ, ਰੱਖ ਇਹਨਾਂ ਨੂੰ ਸਾਂਭ ਕੇ। ਭੈਣ ਜੀ ਮੈਂ ਬਣਾਉਂਦੀ ਚਾਹ, ਬਹਿ ਜਾ ਤੁਸੀਂ। ਚਾਹ ਵੀ ਪੀ ਲਾਂਗੇ, ਬਹਿ ਜਾ। ਹੁਣ ਕੀ ਕਹਿਣਾ ਭੈਣ ਜੀ, ਮੈਂ ਨਵੀਂ ਲਿਵੀ ਲਿਆਂਦੀ ਸੀਗੀ ਘੜੀ, ਉਦੋਂ ਨਿਆਣਾ ਮੂੰਹ ਲਵੇਂਦਾ, ਉਦੋਂ ਮੇਰੇ ਕੋਲ ਟਾਈਮ ਨਹੀਂ ਲੱਗਾ। ਆ ਉਹਨੂੰ ਦੇ ਦੀ ਤੇ ਮੇਰੀ ਸੁਣ ਗੱਲ, ਫੋਨ ਭਰਾ ਦੀ ਜੇਬ ਚ ਪਾ ਦੀ, ਰਾਤ ਨੂੰ ਘਰ ਆਊਗਾ ਉਦੋਂ ਆਪਣੇ ਸੁੱਖ ਨਾਲ ਇੱਥੇ ਕਰਨੀ ਕਰ ਲਈ, ਬਾਕੀ ਸਾਰਾ ਦਿਨ ਉਹਦੇ ਕੋਲ ਰਹਿਣ ਦਿੱਤਾ। ਚੱਲ ਭੈਣ ਜੀ ਜਿੱਦਾਂ ਤੂੰ ਕਵੇਂ ਉਦਾਂ ਹੀ ਕਰ ਲਾਂਗੇ। ਆਹੋ ਜਾ ਹੁਣ ਬਣਾ ਜਾ ਕੇ ਚਾਹ ਪਾਣੀ, ਨਾ ਸਮਾਨ ਲੈ ਜਾ ਹੁਣ ਕਿ ਇਹਨੂੰ ਛੱਡ ਗਈ ਇੱਥੇ। ਸਮਾਨ ਲੈ ਕੇ ਵੀ ਕਿਤੇ ਇਹਦੀ ਰੂਹ ਨੀ ਖੁਸ਼ ਹੋਈ, ਬੁੜ ਬੁੜ ਤੁੜ ਤੁੜ ਕਰਦੀ ਨੇ ਹੱਥੋਂ ਚੀਜ਼ਾਂ ਫੜੀਆਂ। ਇਹਨਾਂ ਨੀ ਕਿ ਕਿਤੇ ਲਿਆਈ ਆ ਚਾਹ, ਨਾ ਮੈਂ ਸਰ ਰੱਖ ਲਾਂ, ਨਾ ਚਾਰ ਸਣਾ ਕੇ ਫੇਰ ਹੀ ਰੱਖਣੀ ਆ, ਓਦਾਂ ਨੀ ਰੱਖਣੀ ਇਹਨੇ। ਚੱਲ ਭੋਈ ਇੰਨਾ ਗੁੱਸਾ ਨਾ ਕਰ, ਭਾਬੀ ਆ ਉਹ ਵੀ ਤੇਰੀ। ਭਾਬੀ ਤੇ ਹੈਗੀ ਆ, ਉਹਨੂੰ ਵੀ ਪਤਾ ਵੀ ਤੁਰ ਫਿਰ ਕੇ ਆਈਆਂ ਬਾਹਰੋਂ ਤੁਰੀਆਂ ਆਉਂਦੀਆਂ, ਤੇ ਜੇ ਚਾਰ ਗੱਲਾਂ ਨਾ ਸੁਣਾਉਂਦੀ ਤੇ ਮੇਰੇ ਕੋਲ ਨਾ ਸੁਣਦੀ ਤੇ ਫਿਰ ਇਹਦਾ ਸਾਹ ਨੀ ਸੌਖਾ ਲੰਘਦਾ। ਚੱਲ ਜੋ ਹੋ ਗਿਆ ਹੋ ਗਿਆ, ਛੱਡੋ ਹੁਣ ਇਹਨਾਂ ਗੱਲਾਂ। ਉਹ ਮੈਂ ਤਾਂ ਕਹਿੰਦੀ ਵੀ ਮੇਰਾ ਰਹਿ ਗਿਆ ਦਿਨ ਸਾਰਾ ਇੱਕ ਅੱਧਾ, ਚੱਲ ਮੈਂ ਤਾਂ ਕੁਝ ਨਾ ਕੁਝ ਕੰਮ ਧੰਦਾ ਸਵਾਰ ਜਾ, ਪਰ ਇਹਦਾ ਨਿਗਾ ਇਰਾਦਾ ਹੈਗਾ ਕਿ ਮੇਰੇ ਕੋਲ ਕੋਈ ਕੰਮ ਸਵਾਦ ਦਾ ਕਰਵਾ ਲੇ। ਕੋਈ ਹੁਣ ਤੂੰ ਚਾਹ ਪੀ ਤੇ ਜਾ ਪਲਾ, ਵੇ ਮਸ਼ੀਨ ਪਈ ਅੰਦਰ, ਉਹਨੂੰ ਤੇਲ ਤੂਲ ਦਵਾਂ। ਮੈਨੂੰ ਪਤਾ ਲੱਗਾ, ਮੈਂ ਅੰਦਰ ਵੇਖਿਆ ਸੀਗਾ ਸਾਫ ਸਫਾਈ ਕਰਦੀ ਨੇ, ਸੂਟ ਸੀਨੇ ਵਾਲਾ ਪਿਆ ਵਾ, ਤੇਰੀ ਨਾਨੀ ਦੇ ਕੇ ਗਈ ਸੀਗੀ। ਹੁਣ ਇਹਦੇ ਕੋਲ ਤਾਂ ਟਾਈਮ ਹੈ ਨਹੀਂ ਆ ਕਿ ਜਿਹੜਾ ਉੱਠ ਕੇ ਤੇ ਸੀਨੇ, ਉਹ ਵੀ ਇਹਦਾ ਸੀ ਕੇ ਦੇ ਕੇ ਜਾਨੀ, ਨਾਲੇ ਪੌਣੇ ਬਣਾ ਕੇ ਦੇ ਕੇ ਜਾਵਾਂ, ਹੱਥ ਸਾੜਦੀ ਰਹਿੰਦੀ ਓਦਾਂ ਹੀ। ਲਿਆਨੀ ਆ ਕੋਈ, ਇਹ ਵੀ ਨਹੀਂ ਕਿਤੇ ਠੀਕ ਸਾ। ਐਡੀ ਬੁੱਢੀ ਦਿਲ ਦੀ ਖੋਟੀ ਆ ਨਾ, ਭਾਵੇਂ ਜੋ ਮਰਜ਼ੀ ਆ ਆਪਣਾ ਹੀ ਖੂਨ ਮਾਰ ਕਰਦਾ। ਮੈਂ ਤੇ ਬਗਾਨੀ ਦੀ ਬਗਾਨੀ ਰਹੀ ਨਾ, ਖੂਨ ਭਰਾ ਨੂੰ ਲਿਆਤਾ, ਭਤੀਏ ਨੂੰ ਵੀ ਘੜੀ, ਭਤੀ ਨੂੰ ਵੀ ਘੜੀ, ਮੇਰੇ ਲਈ ਵੇਲਾ ਕੁਛ ਨਹੀਂ ਲਿਆਂਦਾ।
ਚੱਲ ਇਸ਼ਾ, ਲਿਆਂਦਾ ਤੇ ਉਹਦਾ ਮੇਰੇ ਪਰਿਵਾਰ ਲਈ ਆ ਚੀਜ਼ਾਂ, ਪਰ ਇਹਦੇ ਵਾਸਤੇ ਚੰਗੀ ਗੱਲ ਨਹੀਂ, ਸਾਰਿਆਂ ਲਈ ਚਾਹੀਦੀਆਂ ਇਹਨਾਂ ਚੀਜ਼ਾਂ। ਇੱਥੇ ਰਹਿਣ ਦਿੰਦੀ ਹਾਂ, ਮੁੜ ਕੇ ਇਹਨੇ ਘੜੀ ਨੂੰ ਕਹਿਣਾ ਵਾ ਵੀਰ ਮੇਰਾ ਆਇਆ ਵਾ, ਵਿਖਾ ਲੈ ਇਹਨੂੰ ਵੀ ਚੀਜ਼ਾਂ। ਖਰਚੇ ਤਾਂ ਉਹਦਾ ਸਾਡੇ ਵਧਾਉਣ ਡੀ ਆ, ਫੋਨ 'ਚ ਪੈਸੇ ਕਿੱਥੋਂ ਪਾਉਣੇ ਆ, ਇਹਨੇ ਬੰਦਾ ਪੁੱਛੇ, ਉਹ ਵੀ ਖਰਚਾ ਹੀ ਆ, ਕਰਜ਼ਾ ਤਾਂ ਅੱਗੇ ਚੜ੍ਹ ਗਿਆ ਸਿਰ ਜੋਬਣ ਵਾਲਾ ਹੀ, ਉਹ ਪੈਸੇ ਦੇ ਗਈ ਐਡਮਿਸ਼ਨ ਲਈ, ਇਹ ਉਹ ਜੋਬਣ ਦੇ ਸਿਰ ਚੜ੍ਹ ਕੇ ਸਮਾਨ ਲੈ ਆਈ ਹੋਣੀ ਆ, ਤਾਂ ਹੁਣ ਇਹਦਾ ਵੀ ਇਰਾਦਾ ਮੈਂ ਕਾਹਤੋਂ ਪਿੱਛੇ ਰਵਾਂ, ਜਿਹੜੀ ਸਾਨੂੰ ਲੋੜ ਸੀ ਜਦੋਂ ਇਹਦੇ ਕੋਲ ਪੈਸੇ ਮੰਗੇ ਉਦੋਂ ਤਾਂ ਮਿਲੇ ਨਹੀਂ, ਇਹ ਲਿਆ ਕੇ ਚੀਜ਼ਾਂ ਦੇ ਦਿੱਤੀਆਂ ਵਾ, ਇਹਦੇ ਪੈਸੇ ਮੁੜ ਕੇ ਮੰਗਣੇ ਆ, ਜੋਬਣ ਚਾਹੇ ਮੰਗੇ ਚਾਹੇ ਨਾ ਮੰਗੇ, ਇਹਨੇ ਤਾਂ ਪਹਿਲਾਂ ਮੰਗਣੇ ਆ। ਚੱਲ ਮਣਾ ਵੇਖਣ ਡੀ ਬਾਹਰ ਬੈਠੀ, ਫਿਰ ਆਊਗੀ ਮੇਰੇ ਨਾਲ ਲੜੂਗੀ, ਬਾਹਰ ਹੀ ਚੱਲਣੀ ਚੰਗਾ ਵਾ।